ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਥੋਂ ਗੱਲ ਕਰਦੇ ਹਾਂ ਆਪਾਂ ਵੀਜ਼ਾਸ ਦੀ, ਇੱਕ ਅਜਿਹਾ ਨਾਮ ਕਿ ਜਿੱਥੋਂ ਕੋਈ ਵੀ ਐਪਲੀਕੈਂਟ ਕੋਈ ਰਿਫਿਊਜ਼ ਹੈ ਜਾਂ ਗਾਈਡੈਂਸ ਮਾੜੀ ਗਈ ਜਾਂ ਜਿਹੜੇ ਐਪਲੀਕੇਸ਼ਨ ਨੂੰ ਸਾਰੇ ਏਜੰਟ ਮਨਾ ਕਰਦੇ ਆ, ਉੱਥੇ ਨਾਮ ਆਉਂਦਾ ਓਮ ਗਲੋਬਲ। ਜਿਹਦੇ ਕੋਲ ਆਸਟ੍ਰੇਲੀਆ ਦੇ ਵੀਜ਼ੇ ਆ, ਕੈਨੇਡਾ ਦੇ ਵੀਜ਼ੇ ਆ, ਯੂਕੇ ਦੇ ਵੀਜ਼ੇ ਆ, ਯੂਐਸ ਦੇ ਵੀਜ਼ੇ ਆ, ਹਰ ਕੰਟਰੀ ਦੇ ਵਿੱਚ ਵੀਜ਼ਿਆਂ ਦਾ ਮਹਾਰਤ ਹਾਸਲ ਕਰਨ ਵਾਲਾ ਓਮ ਗਲੋਬਲ। ਅੱਜ ਮੈਂ ਸ਼ੇਅਰ ਕਰਨਾ ਚਾਹੂੰਗਾ ਸਕਸੈਸ ਸਟੋਰੀ। ਕਈ ਏਜੰਟਸ ਹੈ ਔਰ ਕਈ ਸਟੂਡੈਂਟ ਹੈ ਜਿਨ੍ਹਾਂ ਨੂੰ ਡਰ ਹੈ ਕਿ ਆਸਟ੍ਰੇਲੀਆ ਦੀ ਵੀਜ਼ਾ ਨਹੀਂ ਦੇ ਰਿਹਾ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾ ਟਾਈਮ ਲੈ ਰਹੀ ਹੈ, ਪਤਾ ਨਹੀਂ ਕੀ ਹੋਊਗਾ। ਟਾਈਮ ਜ਼ਰੂਰ ਲੈ ਰਿਹਾ ਬਟ ਵੀਜ਼ਾਜ਼ ਗ੍ਰਾਂਟ ਹੋ ਰਿਹਾ। ਅੱਜ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰਨਾ ਚਾਹੂੰਗਾ। ਕਿਰਨਜੋਤ ਜਿਨ੍ਹਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਗ੍ਰਾਂਟ ਹੋਇਆ, ਸਟੂਡੈਂਟ ਵੀਜ਼ਾ ਹਾਸਲ ਕੀਤਾ ਇਹਨਾਂ ਨੇ, ਸੋ ਅੱਜ ਕਿਰਨਜੋਤ ਦੀ ਜ਼ੁਬਾਨੀ ਸੁਣਨਾ ਚਾਹਾਂਗੇ। ਕਿਰਨ ਜੀ, ਕੀ ਐਕਸਪੀਰੀਅੰਸ ਰਿਹਾ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਿਰਨਜੋਤ ਕੌਰ, ਮੈਂ ਤਰਨ ਤਾਰਨ ਸਾਹਿਬ ਤੋਂ। ਓਨੈਸਟਲੀ ਸਪੀਕਿੰਗ, ਪਹਿਲਾਂ ਜਦੋਂ ਮੈਂ ਵੀਜ਼ਾ ਅਪਲਾਈ ਕਰਨਾ ਸੀ ਤਾਂ ਇੱਕ ਦੋ ਹੋਰ ਬ੍ਰਾਂਚਿਸ 'ਚ ਵੀ ਵਿਜ਼ਿਟ ਕੀਤਾ ਜਿੱਥੋਂ ਕਿ ਮੈਨੂੰ ਇੰਨੀ ਸੈਟਿਸਫੈਕਸ਼ਨ ਨਹੀਂ ਮਿਲੀ। ਫਿਰ ਮੇਰੀ ਇੱਕ ਫਰੈਂਡ ਨੇ ਮੈਨੂੰ ਰਿਕਮੈਂਡ ਕੀਤਾ ਓਮ ਗਲੋਬਲ ਵਾਸਤੇ, ਜਿੱਥੇ ਕਿ ਮੈਂ ਵਿਜ਼ਿਟ ਕੀਤਾ। ਮੈਨੂੰ ਕੰਸਲਟੈਂਸੀ ਕਾਫੀ ਵਧੀਆ ਲੱਗੀ ਉੱਥੋਂ ਦੀ, ਬਟ ਫਿਰ ਵੀ ਦਿਲ 'ਚ ਡਾਊਟ ਹੈਗਾ ਸੀਗਾ ਕਿ ਪਤਾ ਨਹੀਂ ਮਿਲੇਗਾ, ਸਕਸੈਸ ਰੇਟ ਹੋਏਗਾ ਕਿ ਨਹੀਂ ਵੀਜ਼ਾ ਦਾ, ਕਿਉਂਕਿ ਕਾਫੀ ਜਾਣੇ ਕਹਿੰਦੇ ਸੀ ਕਿ ਆਸਟ੍ਰੇਲੀਆ ਦਾ ਵੀਜ਼ਾ ਸਕਸੈਸ ਰੇਟ ਬਹੁਤ ਘੱਟ ਹੈ। ਇਸ ਲਈ ਮੇਰੇ ਦਿਲ 'ਚ ਕਾਫੀ ਡਰ ਸੀ, ਬਟ ਫਾਈਨਲੀ ਅੱਜ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਓਮ ਗਲੋਬਲ। ਐਂਡ ਮੈਂ ਤੁਹਾਨੂੰ ਸਭ ਨੂੰ ਵੀ ਰਿਕਮੈਂਡ ਕਰਾਂਗੀ ਕਿ ਜੇ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਡੈਫੀਨੇਟਲੀ ਓਮ ਗਲੋਬਲ ਵਿਜ਼ਿਟ ਜ਼ਰੂਰ ਕਰੋ। ਸੋ ਇਹ ਸੀ ਜੀ ਵੀਜ਼ਾ ਸਕਸੈਸ ਸਟੋਰੀ ਕਿਰਨਜੋਤ ਦੀ। ਸੋ ਕਈ ਐਪਲੀਕੈਂਟਸ, ਇੱਕ ਜਨਰਲ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੇ ਐਪਲੀਕੈਂਟਸ ਇੱਦਾਂ ਦੇ ਨਹੀਂ ਜਿਨ੍ਹਾਂ ਦੀ ਆਫਰ ਲੈਟਰ ਨਹੀਂ ਆ ਰਹੀ ਜਾਂ ਜੀ ਟੀ ਈ ਦੋ ਦੋ ਚਾਰ ਚਾਰ ਮਹੀਨੇ ਤੋਂ ਅਪਰੂਵ ਨਹੀਂ ਹੋ ਪਾ ਰਹੀ ਜਾਂ ਕਈ ਐਪਲੀਕੈਂਟਸ ਇੱਦਾਂ ਦੇ ਆ ਜਿਨ੍ਹਾਂ ਦੀ ਸੀ ਓ ਲੈਟਰ ਨਹੀਂ ਅਰੇਂਜ ਹੋ ਰਹੀ, ਤੁਸੀਂ ਓਮ ਗਲੋਬਲ ਦੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਮਿਲ ਸਕਦੇ ਹੋ। 15 ਦਿਨ 'ਚ ਫਾਈਲ ਨੂੰ ਆਪਣੀ ਐਮਬੈਸੀ 'ਚ ਪਹੁੰਚਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 1-100-97-1-100। ਧੰਨਵਾਦ।